ਤੇ ਮਿੱਤਰੋ ਇੱਥੇ ਹੋ ਗਈ ਸ਼ਾਮ। ਨਾਈਸ ਮੁੰਡੇ ਨੇ ਵੀ ਕੀਤਾ ਜੀ ਵਲੌਗ ਦਾ ਆਗਾਜ਼। ਤੋਂ ਪਹਿਲੇ ਤੁਹਾਨੂੰ ਦਿਖਾਉਂਦਾ ਜਾਵਾਂ ਮਾਸ਼ਾਅੱਲਾ ਜੀ, ਮਾਸ਼ਾਅੱਲਾ ਮੇਨ ਬਾਜ਼ਾਰ 'ਚ ਸਜੀ ਹੋਈ ਆ ਬਾਬਿਆਂ ਦੀ ਮਹਿਫਲ ਫੁੱਲਣ ਲੱਗਿਆ ਦੁੱਖ ਸੁੱਖ। ਤੇ ਨਾਈਸ ਮੁੰਡਾ ਮੇਨ ਬਾਜ਼ਾਰ 'ਚ ਹੀ ਕਰ ਰਿਹਾ ਸੀ ਵਲੌਗ ਰਿਕਾਰਡ। ਦੂਸਰੇ ਪਿੰਡੋਂ ਆਏ ਮਹਿਮਾਨ ਇਹ ਵੀਰ ਭਰਾ ਆਏ ਹੋਏ ਸੀ ਮਾਸ਼ਾਅੱਲਾ ਮੁਲਤਾਨ ਤੋਂ, ਅੱਜ ਸਪੈਸ਼ਲੀ ਆਏ ਆਪਾਂ ਨੂੰ ਮਿਲਣ। ਨੂੰ ਪਤਾ ਜਦੋਂ ਵੀ ਨਾਈਸ ਮੁੰਡੇ ਨੂੰ ਕੋਈ ਵੀਰ ਭਰਾ ਮਿਲਣ ਆਵੇ, ਨਾਈਸ ਮੁੰਡਾ ਬਲਾਲ ਭਾਈ ਦੇ ਮਿੱਠੀ ਚਾਹ ਪਿਲਾ ਕੇ ਕਰਦਾ ਮਿੱਠੀ ਇਹਨਾਂ ਦੀ ਸੇਵਾ। ਭੁਗਤਾਨ ਤੋਂ ਬਾਅਦ ਲੈ ਮਿੱਤਰੋ ਨਾਈਸ ਮੁੰਡਾ ਪਹੁੰਚਿਆ ਗਰਾਊਂਡ ਦੇ ਵਿੱਚ। ਇੱਥੇ ਮਾਸ਼ਾਅੱਲਾ ਜੀ ਸਟਾਰਟ ਹੋ ਰਿਹਾ ਕਬੱਡੀ ਦਾ ਟੂਰਨਾਮੈਂਟ। ਮੈਂ ਨਜ਼ਰ ਮਾਰਾਂ ਤੇ ਮੇਰਾ ਛੋਟਾ ਭਰਾ ਹਮਜ਼ਾ ਸਾਹਿਬ ਵੀ ਵਲੌਗ ਰਿਕਾਰਡ ਕਰ ਰਹੇ ਫਿਰ ਰਹੇ ਸੀ ਤੇ ਲੱਗੀਆਂ ਸੀ ਰੌਣਕਾਂ। ਮੇਰੇ ਮੱਲੇ ਦਾ ਉਸਤਾਦ ਹਰੂਨ ਰਕਸ਼ੀ ਵਾਲਾ ਇੱਥੇ ਲਾਇਆ ਹੋਇਆ ਸੀ, ਇਹਨਾਂ ਨੇ ਸਟੈਂਡ ਤੇ ਕਰ ਰਹੇ ਸੀ ਪਰਚੀਆਂ ਇਕੱਠੀਆਂ। ਮੈਂ ਕਿਹਾ ਵਾਹ ਬਾਈ ਵਾਹ। ਉੱਥੇ ਮਿੱਤਰੋ ਹੋ ਗਈ ਰਾਤ। ਨਾਈਸ ਮੁੰਡੇ ਨੇ ਪਾਇਆ ਲੱਠੇ ਦਾ ਸੂਟ ਤੇ ਅੱਜ ਚੱਲਿਆ ਕਿੱਥੇ ਆ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ। ਹਮਜ਼ਾ ਸਾਹਿਬ ਮੇਰੇ ਵੱਲੋਂ ਦੇਖਣ, ਮੈਂ ਕਿਹਾ ਮਿੰਡ ਮਾਰ ਕੇ ਵੀਰੇ ਹੋ ਜਾ ਤੂੰ ਵੀ ਤਿਆਰ, ਕਿਉਂਕਿ ਤੂੰ ਵੀ ਜਾਣਾ ਮੇਰੇ ਨਾਲ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਨਾਈਸ ਮੁੰਡੇ ਦੀ ਮੱਖਣ ਵਰਗੀ ਗੱਡੀ ਮੀਆਂ ਮੀਆਂ ਕਰ ਰਹੀ। ਇੱਧਰ ਹਮਜ਼ਾ ਸਾਹਿਬ ਬਹਿ ਗਏ ਤੇ ਨਾਲ ਹੀ ਮੇਰੇ ਮੱਲੇ ਦਾ ਬਹਿ ਗਿਆ ਜੀ ਅਨਸ। ਸੱਜਣੋ ਤੇ ਮਿੱਤਰੋ ਤੁਹਾਨੂੰ ਮੈਂ ਦੱਸਾਂ ਮੈਂ ਚੱਲਿਆ ਕਿੱਥੇ ਆ। ਸਾਡੇ ਤੋਂ ਘਰ ਤੋਂ ਨਾ 5-6 ਕਿਲੋਮੀਟਰ ਤੇ ਚਾਰ ਵਾਲਾ ਸਟਾਪ, ਉੱਥੇ ਕਿਸੇ ਵੀਰਾਂ ਨੇ ਹੋਟਲ ਬਣਾਇਆ। ਉਹਨਾਂ ਦੇ ਬੇਹੱਦ ਪੈਗਾਮ ਆਏ ਸੀ ਮੇਰੇ ਕੋਲ ਵੀ ਨਾਈਸ ਮੁੰਡੇ ਸਾਨੂੰ ਮਿਲ ਕੇ ਜਾਈ ਵੀਰੇ। ਫਿਰ ਇੰਨੇ ਪੈਗਾਮ ਆਣ ਫਿਰ ਮੇਰੀ ਵੀ ਅੱਜ ਮੁਹੱਬਤ ਜਾਗੀ ਆ, ਨਾਲੇ ਅੱਜ ਤਾਂ ਉਹਨਾਂ ਨੇ ਟਾਈਮ ਵੀ ਬਣਿਆ ਹੋਇਆ ਸੀ ਮੈਂ ਜਾ ਰਿਹਾ ਅੱਜ ਉਹਨਾਂ ਨੂੰ ਮਿਲਣ ਵਾਸਤੇ। ਸੱਜਣੋ ਤੇ ਮਿੱਤਰੋ ਅੱਗੇ ਦਿਨ ਨੂੰ ਤੁਹਾਨੂੰ ਮੈਂ ਦਿਖਾਉਂਦਾ ਹੁੰਦਾ ਮੱਖਣ ਵਰਗੇ ਪਿੰਡਾਂ ਦੇ ਰੋਡ ਤੇ ਅੱਜ ਰਾਤ ਨੂੰ ਦੇਖੋ ਕਿਹਦਾ ਲੱਗ ਰਿਹਾ ਨਜ਼ਾਰਾ। ਰਾਹ ਦੇ ਵਿੱਚ ਆਇਆ ਚੱਕ 99 ਸ਼ਮਾਲੀ, ਆ ਇਸ ਪਿੰਡ ਦਾ ਮੇਨ ਬਾਜ਼ਾਰ ਆ ਜੀ, ਇਹ ਵੀ ਮੱਖਣ ਵਰਗਾ ਦੇਖ ਲਓ ਤੁਸੀਂ। ਅਖੀਰ 1 ਘੰਟਾ ਤੇ 20 ਮਿੰਟ ਬਾਅਦ ਯਾਰ ਹੁਣੇ ਪਹੁੰਚ ਗਏ ਚਾਰ ਵਾਲੇ ਜੀ ਸਟਾਪ ਦੇ ਉੱਤੇ। ਇੱਥੇ ਸੀ ਹੋਟਲ, ਇੱਕ ਮੱਖਣ ਵਰਗਾ ਯਾਰ ਨੇ ਆਪਣਾ ਉੱਥੇ ਕੀਤਾ ਵੈਲਕਮ, ਕਹਿੰਦਾ ਆਇਓ ਇਮਰਾਨ ਭਾਈ ਤੁਹਾਨੂੰ ਅਸੀਂ ਅੰਦਰ ਲੈ ਕੇ ਚੱਲੀਏ। ਤੇਰੇ ਮਿੱਤਰੋ ਮੈਂ ਆਇਆ ਅੰਦਰ। ਮਾਸ਼ਾਅੱਲਾ ਜੀ ਹੋਟਲ ਦੇ ਮਾਲਕਾਨ ਸਾਡੇ ਇਸਤਕਬਾਲ ਵਾਸਤੇ ਖਲੋਤੇ ਸੀ, ਬਹੁਤ ਜ਼ਿਆਦਾ ਇਹਨਾਂ ਦੀ ਮੁਹੱਬਤ ਦਾ ਸ਼ੁਕਰੀਆ। ਯਾਰਾਂ ਨੇ ਵੀ ਪਾਈਆਂ ਇਹਨਾਂ ਨੇ ਮਿੱਠੀਆਂ ਮਿੱਠੀਆਂ ਜੱਫੀਆਂ ਤੇ ਬਣਾਇਆ ਮਿੱਠਾ ਜਿਹਾ ਇੱਥੇ ਕਲਿੱਪ। ਜਿਹਨੂੰ ਤੇ ਮਿੱਤਰੋ ਨਾਈਸ ਮੁੰਡੇ ਦੀ ਵੀਡੀਓ ਸਿਰਫ ਘਰਾਂ 'ਚ ਨਹੀਂ ਦੇਖੀ ਜਾਂਦੀ, ਮਾਸ਼ਾਅੱਲਾ ਜੀ ਕਾਰੋਬਾਰੀ ਲੋਕ ਵੀ ਜਦੋਂ ਹੁੰਦੇ ਆ ਫ੍ਰੀ ਤੇ ਦੇਖਦੇ ਆ। ਵੜ ਗਏ ਇਸ ਹੋਟਲ ਦੇ ਕਿਚਨ ਦੇ ਵਿੱਚ ਤੇ ਉੱਥੇ ਹੋ ਰਿਹਾ ਪੀਜ਼ਾ ਤੇ ਇਹ ਪਿਆਰਾ ਸਾਡੇ ਬੈਂਡ ਵਾਸਤੇ ਕੀਤਾ ਉਹਨਾਂ ਨੇ ਇੰਤਜ਼ਾਮ ਤੇ ਸਾਡੇ ਜਾਣ ਤੋਂ ਪਹਿਲੇ ਹੀ ਮਾਸ਼ਾਅੱਲਾ ਮਾਲਕਦਮ ਇੱਥੇ ਹੋਇਆ ਪਿਆ ਸੀ ਤਿਆਰ। ਅਲੀ ਮਿੱਤਰੋ ਮੇਰੀ ਸਕੂਟਰ ਵਾਲੇ ਤੇ ਨਜ਼ਰ ਪਈ, ਮੈਂ ਕਿਹਾ ਭਾਈ ਕੀ ਵੇਚਦਾ ਫਿਰਦਾ, ਕਹਿੰਦਾ ਨਹੀਂ ਨਹੀਂ ਇਮਰਾਨ ਸਾਹਿਬ ਸਾਡੀ ਹੋਮ ਡਿਲੀਵਰੀ ਜਾ ਰਹੀ ਹੈ ਕਿਸੇ ਪਿੰਡ ਦੇ ਵਿੱਚ। ਮੈਂ ਕਿਹਾ ਵਾਹ ਜੀ ਵਾਹ। ਲੈ ਸੱਜਣੋ ਤੇ ਮਿੱਤਰੋ ਮਾਸ਼ਾਅੱਲਾ ਜੀ ਹੋਟਲ ਦੇ ਵਿੱਚ ਆਏ ਆ, ਪੀਜ਼ਾ ਚੈੱਕ ਕੀਤਾ ਮਾਸ਼ਾਅੱਲਾ ਜੀ ਰੰਗ ਬਰੰਗੇ ਤੇ 3-4 ਕਿਸਮ ਦੇ ਫਾਸਟ ਫੂਡ ਅਸੀਂ ਖਾਧੇ ਆ, ਬੜਾ ਮਜ਼ਾ ਆਇਆ। ਮਾਨਾ ਸਿਰਫ ਜ਼ਬਾਨੀ ਮੈਂ ਤਾਰੀਫ ਨਹੀਂ ਕਰਦਾ ਹੈਗਾ ਭਾਅ ਜੀ, ਤਾਰੀਫ ਹੈ ਤੇ ਮੈਂ ਕਰਦਾ ਵਾਂ। ਆਸੇ ਪਾਸੇ ਜਿਸ ਇਲਾਕੇ ਦੇ ਹੋ ਜ਼ਰੂਰ ਇੱਕ ਵਾਰੀ ਇਸ ਹੋਟਲ 'ਤੇ ਆਇਓ, ਟੇਸਟ ਚੈੱਕ ਕਰਿਓ। ਮਾਸ਼ਾਅੱਲਾ ਜੀ ਫੁੱਲ ਕੋਕੇ 'ਤੇ ਆ ਲਿਆ ਮਿੱਤਰੋ, ਫੁੱਲ ਖਿਦਮਤ ਕੀਤੀ ਅੱਲਾ ਪਾਕ ਨੂੰ ਖੁਸ਼ ਰੱਖੇ ਬਾਦ ਰੱਖੇ ਔਰ ਜ਼ਿੰਦਗੀ ਦੀਆਂ ਹਜ਼ਾਰੋਂ ਖੁਸ਼ੀਆਂ ਵੇਖੀਆਂ ਨਸੀਬ ਮੈਂ। ਸੱਜਣੋ ਤੇ ਮਿੱਤਰੋ ਤਕਰੀਬਨ ਅੱਧਾ ਪੌਣਾ ਘੰਟਾ ਸੀ ਇੱਥੇ ਲੰਘਾਇਆ, ਮਾਸ਼ਾਅੱਲਾ ਜੀ ਟੇਸਟ ਚੈੱਕ ਕੀਤਾ ਕੋਕੇ 'ਤੇ ਜਿਵੇਂ ਤੁਹਾਨੂੰ ਮਾਕੇ ਦੱਸਿਆ। ਅਤੇ ਲੈ ਮਿੱਤਰੋ ਤੁਸੀਂ ਜਿਸ ਇਲਾਕੇ 'ਚੋਂ ਇੱਕ ਵਾਰੀ ਜ਼ਰੂਰ ਇੱਥੇ ਆਉਣਾ, ਇਹਨਾਂ ਦਾ ਜ਼ਾਇਕਾ ਚੈੱਕ ਕਰਨਾ। ਅਗਰ ਕੋਈ ਕਮੀ ਪੇਸ਼ੀ ਆਈ ਤਾਂ ਮੈਨੂੰ ਦੱਸਿਓ, ਮੈਂ ਭਰਾ ਨੂੰ ਜ਼ਰੂਰ ਮੈਸੇਜ ਕਰਕੇ ਦੱਸਾਂਗਾ। ਮੇਰੇ ਵੱਲੋਂ ਤਾਂ ਕੋਈ ਕਮੀ ਪੇਸ਼ੀ ਨਹੀਂ, ਮੈਂ ਫੁੱਲ ਚੈੱਕ ਕੀਤਾ। ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ, ਪਾਕਿਸਤਾਨ ਜ਼ਿੰਦਾਬਾਦ। ਲੈ ਵੀਰੇ ਇੱਦਾਂ ਕਰਕੇ ਕੋਈ ਅੱਜ ਦਾ ਵਲੌਗ ਰਿਕਾਰਡ ਹੋਇਆ। ਤੇ ਵੀਰੇ ਜਿਹੜਾ ਜਿਹੜਾ ਵੀਰ ਵੀਡੀਓ ਦੇਖਦਾ, ਹਰ ਵੀਰ ਨੇ ਅੱਜ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਪੇਜ ਦੀ ਰੀਚ ਥੋੜੀ ਡਾਊਨ ਹੋਈ ਹੈ ਤਾਂ ਕਿ ਪੇਜ ਦੀ ਰੀਚ ਉੱਤੇ ਚੱਲ ਜਾਵੇ। ਬਕਾਇਆ ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ, ਪਾਕਿਸਤਾਨ ਜ਼ਿੰਦਾਬਾਦ।